ਵਰਤਨ ਦੇ ਮਹਾਰਾਜ ਪਾਸ਼ਾ ਦੇ ਫਰਜੰਦ ਮਾਤਾ ਗੰਗਾ ਦੇ ਜਾਏ ਹੋਏ ਇਹੋ ਜੇ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਇੱਥੇ ਚਰਨ ਪਾਏ ਜਿੱਥੇ ਆਪਾਂ ਬੈਠੇ ਹਾਂ ਪਰ ਬਾਣੀ ਸਾਨੂੰ ਐਨ ਮੋਹਰੇ ਲਿਜਾ ਕੇ ਖੜੇ ਕਰਦੀ ਖੜੇ ਹੋਵੋ ਗੁਰੂ ਹਰਗੋਬਿੰਦ ਸਾਹਿਬ ਦੇ ਮੋਹਰੇ ਕਿਵੇਂ ਖੜੇ ਹੋਈਏ Thank you.
ਗੁਰੂ ਪਿਆਰਿਓ ਟਿਕਾ ਬਣਾ ਕੇ ਇਸੇ ਤਰ੍ਹਾਂ ਹੀ ਆਪਾਂ ਕੀਰਤਨ ਦੇ ਵਿੱਚ ਇੱਕ ਸਫ਼ਰ ਕਰਨਾ ਹੈ ਗੁਰੂ ਸਾਹਿਬ ਕਿਰਪਾ ਕਰਨ ਮਿਹਰ ਕਰਕੇ ਸਾਡੀ ਬਾਂਹ ਫੜਨ ਭਾਵ ਸਾਡੀਆਂ ਸੁਰਤਾਂ ਜਿਹੜੀਆਂ ਨਾ ਉਹ ਇੱਦਾਂ ਟਿੱਕੀਆਂ ਰਹਿਣ ਗਾਉਣ ਵਾਲੇ ਵੀ ਸੁਣਨ ਵਾਲੇ ਵੀ ਸਾਰੇ ਆਪਾਂ ਇੱਕ ਹੋ ਕੇ ਬੈਠੀਏ ਇੱਕ ਹੋ ਕੇ ਆਪਾਂ ਇੱਕ ਸਫ਼ਰ ਕਰਨਾ ਹੈ ਔਰ ਸਫ਼ਰ ਕਰਨਾ ਗੁਰੂ ਨਾਨਕ ਦੇਵ ਜੀ ਤੋਂ ਚੱਲ ਕੇ ਆਪਾਂ ਦਸ ਪਾਤਸ਼ਾਹੀਆਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਜੋ ਸ਼ਬਦ ਦੀ ਕਲਾ ਹੈ ਵੈਸੇ ਤਾਂ ਸਾਰੀ ਇਹ ਆਦਿ ਦੀ ਕਲਾ ਹੈ ਕੋਈ ਇਕੱਲੀ ਗੁਰੂ ਨਾਨਕ ਦੇਵ ਜੀ ਇੱਦਾਂ ਨਹੀਂ ਮਹਾਰਾਜ ਇਕੱਲਾ ਕਹਿੰਦੇ ਕਿ ਪਰਮੇਸ਼ੁਰ 1469 ਦੇ ਵਿੱਚ ਹੀ ਪਰਮੇਸ਼ੁਰ ਸੀ ਇੱਦਾਂ ਨਹੀਂ ਮਹਾਰਾਜ ਸਾਨੂੰ ਜੋ ਆਦਿ ਸੱਚ ਹੈ ਜੋ ਜੁਗਾਦ ਸੱਚ ਹੈ ਜੋ ਹੈ ਵੀ ਸੱਚ ਹੈ ਨਾਨਕ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੋ ਹੋ ਸੀ ਵੀ ਸੱਚ ਹੈ ਆਪਾਂ ਉਹਦੇ ਵਿੱਚ ਰਹਿੰਦਿਆਂ ਹੋਇਆਂ ਕਿਉਂਕਿ ਗੁਰਸਿੱਖੀ ਸਾਰੀ ਇਸੇ ਗੱਲ ਦਾ ਹੀ ਧਿਆਨ ਧਰਾਉਂਦੀ ਹੈ ਕਿ ਤੁਸੀਂ ਇੱਕ ਵਿੱਚ ਜੁੜ ਕੇ ਉਹ ਮਾਰਗ ਜਿਹੜਾ ਮੁਕਤੀ ਦਾ ਮਾਰਗ ਹੈ ਜਿਹੜਾ ਗੁਰਸਿੱਖੀ ਦਾ ਮਾਰਗ ਹੈ ਜਿਹੜੀ ਇੱਕ ਪਰਮੇਸ਼ਰ ਦੀ ਇਹ ਰਚਨਾ ਹੈ ਬੇਅੰਤ ਹੈ ਜਿਹੜਾ ਉਹ ਜਿਹੜਾ ਆਪਣੀ ਰਚਨਾ ਦੇ ਵਿੱਚ ਬਹੁਤ ਰੰਗ ਬਣਾ ਕੇ ਅਨੇਕਾਂ ਚੋਜਾਂ ਦੁਆਰਾ ਚੋਜ ਕਰ ਰਿਹਾ ਹੈ ਬਸ ਉਹਦਾ ਧਿਆਨ ਧਰਦੇ ਹੋਏ ਕਦਮ ਪੁੱਟਣੇ ਨੇ ਕਦਮ ਪੁੱਟਣੇ ਨੇ ਧਿਆਨ ਉਹਦਾ ਧਰ ਕੇ ਕਿ ਰਚਨਾ ਉਹਦੀ ਹੈ ਖੇਡ ਉਹਦੀ ਹੈ ਖੇਡ ਵੀ ਉਹ ਹੀ ਰਿਹਾ ਹੈ ਸਤਿਗੁਰ ਮੂਰਤ ਹੈ ਮਹਾਰਾਜ ਦੇ ਦਰਸ਼ਨ ਇਹੋ ਜਿਹੇ ਨੇ ਨਾਥਾਂ ਕੋ ਨਾ
مهرج دا آسن او تھے امرت ویلے جب جی صاحب سکھنی صاحب دیاں چڑھیاں لگنیاں کدے نہیں کدے بھی نہیں کدے بھی نہیں بورا بھی فرق نہیں آن دیتا ہے اس چیز دے وچ आशा दी वार लगनी लगनी We'll be right back.
ਪਾਤਸ਼ਾਹ ਦੀ ਵਾਰ ਮਹਾਰਾਜ ਆਪ ਬਹਿ ਕੇ ਸਰਵਣ ਕਰਦੇ ਆਏ ਹਾਏ ਹੁਣ ਕਹੋ ਇੱਕ ਵਾਰੀ ਮੂਰਤ ਕਉ ਬਲ ਵੀਰ ਸਿੰਘ ਕਹਿੰਦੇ ਭਾਈ ਵੀਰ ਸਿੰਘ ਜੀ ਸੰਤ ਕਵੀ ਜੀ ਕਹਿੰਦੇ ਮਹਾਰਾਜ ਨੇ ਇੱਦਾਂ ਰੋਜ਼ ਹੀ ਕਿਉਂਕਿ ਮਹਾਰਾਜ ਦੇ ਘਰ ਦੀ ਇਹ ਮੇਨ ਜਿਹੜੀ ਗੱਲ ਹੈ ਜਿਹੜੀ ਵਡਿਆਈ ਹੈ ਜਿਸ ਵਿੱਚ ਉਹ ਇਹੀ ਹੈ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਜੁੜਨਾ ਸੰਗਤ ਨੇ ਇਕੱਠੇ ਹੋਣਾ ਗੁਰਸਿੱਖਾਂ ਨੇ ਬਹਿਣਾ ਸਾਰੇ ਭਾਈ ਵਿਧੀ ਚੰਦ ਹੋਣੀ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਭਾਈ ਭਗਤਾ ਜੀ ਪ੍ਰਾਗਾ ਜੀ ਹੋਰ ਸਾਰੇ ਕਈ ਗੁਰਸਿੱਖ ਮੈਂ ਨਾਮ ਪੜ੍ਹੇ ਰਾਤੀਂ ਤਾਂ ਨਿਹਾਲ 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 ਇੰਨੇ ਨਾਮ ਉਹਨਾਂ ਨੇ ਦਿੱਤੇ ਖੋਜ ਕਰਕੇ ਕਿ ਇਹ ਸਾਰੀ ਸੰਗਤ ਇਹਦਾ ਨਾਲ ਹੁੰਦੀ ਅਤੇ ਕਈ ਵਾਰੀ ਗੁਰੂ ਸਾਹਿਬ ਆਪ ਸਰੰਦਾ ਹੱਥ 'ਚ ਫੜ ਲੈਣਾ ਸਰੰਦਾ ਹੱਥ 'ਚ ਫੜਨਾ ਅਤੇ ਮਹਾਰਾਜ ਇੱਕ ਸ਼ਬਦ ਬੜੇ ਚਾਅ ਨਾਲ ਗਾਉਂਦੇ ਹੁੰਦੇ ਸੀ ਆਪਾਂ ਵੀ ਗਾਵਾਂਗੇ ਅੱਜ ਗੁਰੂ ਸਾਹਿਬ ਸ਼ਬਦ ਗਾਉਂਦੇ ਹੁੰਦੇ ਸੀਗੇ ਆਪ ਗਾਉਣਾ ਉਹਨਾਂ ਨੇ ਮਹਾਰਾਜ ਨੇ ਬਸੰਤ ਰਾਗ ਦਾ ਸ਼ਬਦ ਹੈ ਗੁਰੂ ਸਾਹਿਬ ਬੜੇ ਚਾਅ ਨਾਲ ਪੜ੍ਹਨਾ ਤੁਮ ਰਵੋ ਗੋਬਿੰਦ ਰਵਣ ਜੋਗ ਤੁਮ ਰਵੋ ਸਹਿਜ ਭੋਗ
Thank you.
ਪ੍ਰਤਾਪ ਹੁੰਦਾ ਗੁਰੂ ਸਾਹਿਬ ਦੇ ਮੈਂ ਰਾਤੀ ਪੜੀ ਐ ਜੀ ਮੈਂ ਸੱਚੀ ਗਦਗਦ ਹੋ ਗਿਆ ਅੰਦਰ ਸਤ ਨਾਮ ਦਾ ਬਕਾਇਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਗੁਰਸਿੱਖ ਆਉਂਦੇ ਮਹਾਰਾਜ ਦੇ ਕੋਲ ਆਪਣੇ ਦੁੱਖ ਸੁੱਖ ਲੈ ਕੇ ਆਉਂਦੇ ਬਹੁਤ ਕੁਛ ਹੁੰਦਾ ਮਹਾਰਾਜ ਦਾ ਦਰਬਾਰ ਸਜਦਾ ਗੁਰੂ ਸਾਹਿਬ ਗੁਰਸਿੱਖਾਂ ਦੀਆਂ ਸਾਰੀਆਂ ਗੱਲਾਂ ਸੁਕੰਨੇ ਮਸਲੇ ਆਉਂਦੇ ਬੜਾ ਕੁਛ ਆਉਂਦਾ ਦੋਨਾਂ ਧਿਰਾਂ ਦੀ ਸੁਣਨੀ ਬੜੇ ਸੋਹਣੇ ਢੰਗ ਨੇ ਨਾਲ ਸੁਲਝਾ ਦੇਣੀ ਕੋਈ ਅਦਾਲਤਾਂ ਵਿੱਚ ਨਹੀਂ ਨਹੀਂ ਜਾਂਦਾ ਕੋਈ ਸਰਕਾਰੀ ਦਰਬਾਰੇ ਨਹੀਂ ਸੀ ਜਾਂਦਾ ਵੱਡੇ ਵੱਡੇ ਮਸਲੇ ਮਹਾਰਾਜ ਆਪ ਸੁਲਝਾਉਂਦੇ ਸੀ ਗੁਰਸਿੱਖਾਂ ਦੇ ਬਾਕੀ ਲੁਕਾਈ ਵੀ ਆਉਂਦੀ ਸੀ ਗੁਰੂ ਸਾਹਿਬ ਦੀ ਸੋਭਾ ਸੁਣ ਕੇ ਇਹੀ ਚੀਜ਼ਾਂ ਫਿਰ ਉੱਥੇ ਚੁਗਲੀ ਬਣ ਕੇ ਲੱਗੀਆਂ ਸੀ ਫਿਰ ਗਈਆਂ ਸੀ ਕਿ ਦਰਬਾਰ ਲਾਉਣ ਲੱਗ ਪਏ ਆ ਉਹਨਾਂ ਦੀ ਆਪਣੇ ਉਹਨਾਂ ਨੇ ਦੀਵਾਨ ਲਾਉਣਾ ਸ਼ੁਰੂ ਕਰ ਦਿੱਤਾ ਹੈ ਫੌਜ ਬਣਾਉਣੀ ਸ਼ੁਰੂ ਕਰਤੀ ਹੈ ਸਿਪਾਹੀ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਆ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਸਾਰੀ 11 ਕੁ ਸਾਲ ਦੀ ਉਮਰ ਹੈ ਮਹਾਰਾਜ ਦੀ ਤੁਸੀਂ ਦੇਖੋ ਸਹੀ ਤੇ ਮਹਾਰਾਜ ਉਦੋਂ ਹੀ ਕਿੰਨਾ ਕੁਛ ਤੁਸੀਂ ਦੇਖੋ ਤਾਂ ਸਹੀ ਜਨਮ ਤੋਂ ਲੈ ਕੇ ਬਹੁਤ ਕੁਛ ਕਿੱਥੇ ਪਹਿਲਾਂ ਜੰਮਦਿਆਂ ਨੂੰ ਸੱਪ ਛੱਡਤੇ ਜਿਹੜੇ ਈਰਖਾਲੂ ਸੀਗੇ ਚਲੋ ਕੀ ਕਹਿਣਾ ਇਹ ਸ਼ੁਰੂ ਤੋਂ ਹੁੰਦੀਆਂ ਆਈਆਂ ਔਰ ਮਹਾਰਾਜ ਸੱਚੀ ਗੱਲ ਜੀਵਨ ਜਾਚ ਦੱਸੀ ਹੈ ਕਿ ਨਾਮ ਦੇ ਆਸਰੇ ਰਹੋ ਜੋ ਕਰਨਾ ਪਰਮੇਸ਼ਰ ਨੇ ਉਹ ਭਲਾ ਕਰਨਾ ਹੈ ਔਰ ਸਹਿਜੇ ਹੀ ਵੱਡੀ ਆਰਜਾ ਹਰ ਗੋਬਿੰਦ ਕੀ ਕਾਰਜ ਸਤਿਗੁਰ ਆਪ ਸਵਾਰਿਆ ਪਰਮੇਸ਼ਰ ਆਪ ਸਤਿਗੁਰੂ ਆਪ ਵਰਤਦੇ ਜਿਹੜੀਆਂ ਰੂਹਾਂ ਨਾਮ ਵਿੱਚ ਭਿੱਜੀਆਂ ਰਹਿੰਦੀਆਂ ਜਿਨ੍ਹਾਂ ਦੇ ਮਨੋਰਥ ਉੱਚੇ ਹੁੰਦੇ ਜਿਹੜੇ ਸਦਾ ਭਲਿਆਈ ਲੋਚਦੇ ਕੁਰਬਾਨੀ ਲੋਚਦੇ ਸੇਵਾ ਲੋਚਦੇ ਉਹਨਾਂ ਦੇ ਉੱਤੇ ਸਿਰ ਦੇ ਉੱਤੇ ਹੱਥ ਹੁੰਦਾ ਹੈ ਮਹਾਰਾਜ ਦਾ ਮੇਰਾ ਸਤਿਗੁਰ ਰਖਵਾਲਾ ਹੋਆ ਆਪਾਂ ਹੁਣੇ ਪੜਿਆ ਧਾਰ ਕਿਰਪਾ ਪ੍ਰਭ ਹਾਰ ਦੇ ਰਾਖਿਆ ਹਰ ਗੋਬਿੰਦ ਨਵਾਂ ਨਰੋਆ ਇਹ ਹਰ ਗੋਬਿੰਦ ਮਹਾਰਾਜ ਇਹ ਨਹੀਂ ਕਿ 1595 ਦੇ ਵਿੱਚ ਹੀ ਹੈਗੇ ਆ ਹਰਗੋਬਿੰਦ ਮਹਾਰਾਜ ਸਦਾ ਹੀ ਨੇ ਸਤਿਗੁਰ ਮੇਰਾ ਸਦਾ ਸਦਾ ਜਦੋਂ ਗੁਰੂ ਨਾਨਕ ਦੀ ਗੱਲ ਕਰੋਗੇ ਸਦਾ ਸਦਾ ਦੀ ਗੱਲ ਹੋਣੀ ਹੈ ਜਦੋਂ ਵੀ ਗੁਰੂ ਦੀ ਗੱਲ ਕਰੋਗੇ ਸਦਾ ਸਦਾ ਦੀ ਹੋਏਗੀ ਕਿਉਂਕਿ ਜੀਵਨ ਸਦਾ ਸਦਾ ਹੈ ਤੇ ਗੁਰੂ ਵੀ ਨਾਲ ਜੀਵਨ ਦੇ ਸਦਾ ਸਦਾ ਹੈ ਵਿਚਾਰਿਆ ਵਿਚਾਰਿਆ ਤੇਰਾ ਗੁਣ ਅਵਗੁਣ
फेवरेट सी ਸਿਮਰਨ ਦੇ ਨਾਲ ਰਹਿਣਾ ਸੁਰਤ ਦਾ ਬਹੁਤ ਜ਼ਰੂਰੀ ਹੈ ਜੇ ਆਪਾਂ ਸੱਚੀ ਗੁਰਦੁਆਰੇ ਗੁਰਦੁਆਰੇ ਆਉਣਾ ਹੈ ਨਾ ਇਹ ਗੁਰਦੁਆਰੇ ਆਉਣ ਦਾ ਇੱਕੋ ਤਰੀਕਾ ਹੈ ਸੁਰਤ ਦੇ ਨਾਲ ਸਿਮਰਨ ਹੋਵੇ ਸਾਡੀ ਸੁਰਤ ਦੀ ਅਗਵਾਈ ਸਿਮਰਨ ਕਰਦਾ ਹੋਵੇ ਔਰ ਸੱਚੀ ਜ਼ਿੰਦਗੀ ਦਾ ਲਾਹਾ ਇਹਦੇ ਵਿੱਚ ਹੀ ਹੈ ਸਵੇਰੇ ਉੱਠਦਿਆਂ ਹੀ ਸ਼ੁਰੂ ਕਰਿਆ ਕਰੀਏ ਇਹ ਪ੍ਰਕਾਸ਼ ਪੁਰਬ ਇਹੀ ਕਹਿਣ ਆਉਂਦੇ ਆ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦਾ ਪੁਰਬ ਵੀ ਇਹੀ ਕਹਿਣ ਆਉਂਦਾ ਗੁਰੂ ਅੰਗਦ ਦੇਵ ਜੀ ਦਾ ਵੀ ਇਹੀ ਕਹਿਣ ਆਉਂਦਾ ਗੁਰੂ ਅਮਰਦਾਸ ਜੀ ਦਾ ਵੀ ਇਹੀ ਕਹਿਣ ਆਉਂਦਾ ਤੁਸੀਂ ਦੇਖ ਲਿਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪੁਰਬ ਵੀ ਇਹੀ ਕਹਿਣ ਆਉਂਦਾ ਹੈ ਗੁਰੂ ਅਰਜਨ ਦੇਵ ਜੀ ਦਾ ਵੀ ਇਹੀ ਕਹਿਣ ਆਏਗਾ ਪ੍ਰਕਾਸ਼ ਪੁਰਬ ਨੇ ਇਹ ਸਾਰੇ ਪ੍ਰਕਾਸ਼ ਪੁਰਬ ਨੇ
ਔਰ ਇਹ ਪ੍ਰਕਾਸ਼ ਜੋਤੀ ਦਾ ਪ੍ਰਕਾਸ਼ ਹੈ ਜਿਹੜੀ ਪਰਮੇਸ਼ਰ ਦੀ ਜੋਤੀ ਹੈ ਜੋਤ ਹੈ ਜਿਸ ਜੋਤੀ ਵਿੱਚ ਜੋਤ ਨੇ ਰਲ ਜਾਣਾ ਹੈ ਉਹ ਸਾਡੇ ਸ਼ਹੀਦੀ ਦਿਹਾੜੇ ਨੇ ਔਰ ਜਿਹੜੇ ਆ ਦਿਨ ਨੇ 5 ਜੂਨ ਅੱਜ ਉਹ ਅਕਾਲ ਤਖ਼ਤ ਬਣਾਉਣ ਵਾਲਿਆ ਉਹ ਸੂਰਮੇ ਸਾਜਣ ਵਾਲਿਆ ਉਹ ਸ਼ਸਤਰ ਫੜਾਉਣ ਵਾਲਿਆ ਅੱਜ 5 ਜੂਨ ਹੈ ਅੱਜ 5 ਜੂਨ ਹੈ ਜਿੱਥੇ ਤੇਰਾ ਪ੍ਰਕਾਸ਼ ਦਿਹਾੜਾ ਹੈ ਉਸ ਪ੍ਰਕਾਸ਼ ਵਿੱਚ ਜੀਵਨ ਜਿਉਣ ਵਾਲੇ ਤੇਰੇ ਦਾਸਰੇ ਆਏ ਹੋਏ ਹੋਏ ਦੇਖੋ ਕਿਹੋ ਜਿਹਾ ਸੁਮੇਲ ਬਖਸ਼ਿਆ ਮਹਾਰਾਜ ਨੇ ਅੱਜ ਗੁਰੂ 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 ਸੇਮ ਇਹੀ ਗੱਲਾਂ ਹੋਈਆਂ ਸੀ ਉਦੋਂ ਉੱਧਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੁੰਦੀ ਹੈ ਸੰਗਤ ਬਹੁਤ ਦੁਖੀ ਮਨ ਬੜੇ ਦੁਖੀ ਹੁੰਦੇ ਕਿ ਇਹੋ ਜਿਹੇ ਪਾਤਸ਼ਾਹ ਉਹਨਾਂ ਨੂੰ ਏਦਾਂ ਸ਼ਹੀਦੀ ਦਿੱਤੀ ਯਾਰ ਇੰਨਾ ਏਦਾਂ ਕੋ ਕੋ ਕੇ ਸ਼ਹੀਦ ਕੀਤਾ ਬੜਾ ਮਨ ਹਿਰਦਾ ਦੁਖੀ ਸੀਗਾ ਬਹੁਤ ਦੁਖੀ ਪਰ ਇੱਧਰ ਗੁਰੂ ਹਰਗੋਬਿੰਦ ਸਾਹਿਬ ਛੋਟੀ ਜਿਹੀ ਉਮਰ ਹੈ ਸੁਣ ਕੇ ਜਾਓ ਬਹਿ ਜਾਓ ਜਰਾ ਕਿੱਥੇ ਚੱਲੇ ਗੱਲ ਸੁਣਨ ਵਾਲੀ ਹੈ ਮਾਫੀ ਦਿਓ ਗੁਰਸਿੱਖੀ ਕੀ ਹੈ ਗੁਰਸਿੱਖ ਕਿੱਥੇ ਖੜਾ ਹੈ ਉਹ ਖੜਾ ਇੱਥੇ ਹੀ ਹੈ ਭਾਣੇ ਵਿੱਚ ਹੈ ਰਜ਼ਾ ਵਿੱਚ ਹੈ ਪ੍ਰੇਮ ਵਿੱਚ ਹੈ ਠੰਡ ਵਿੱਚ ਹੈ ਸ਼ੀਤਲਤਾ ਵਿੱਚ ਹੈ ਪਰ ਇਹਦੀ ਸ਼ੀਤਲਤਾ ਇਹਨੂੰ ਦਲਿੱਦਰੀ ਨਹੀਂ ਬਣਾਉਂਦੀ ਠੀਕ ਹੈ ਇਹ ਹੰਕਾਰੀ ਨਹੀਂ ਹੈ ਇਹ ਕ੍ਰੋਧੀ ਨਹੀਂ ਹੈ ਪਰ ਇਹ ਵੀਰ ਰਸੀ ਹੈ ਵੀਰ ਰਸੀ ਹੈ ਵੀਰ ਹੈ ਨਾਲ ਰਸੀ ਹੈ ਇਸ ਵੀਰਤਾ ਦਾ ਰਸ ਇਹਨੂੰ ਹੰਗਤਾ ਵੱਲ ਨਹੀਂ ਲੈ ਕੇ ਜਾਂਦਾ ਬਖਸ਼ਿੰਦ ਪੁਣੇ ਵੱਲ ਲੈ ਕੇ ਜਾਂਦਾ ਹੈ ਪਰ ਇਹਦਾ ਬਖਸ਼ਿੰਦ ਪੁਣਾ ਕਈ ਵਾਰੀ ਤੇਗ ਨਾਲ ਵੀ ਬਖਸ਼ਦਾ ਹੈ ਜਿਹਨੂੰ ਖਾਲਸੇ ਦੀ ਤੇਗ ਛੂੰਹਦੀ ਹੈ ਨਾ ਜਾ ਕੇ ਉਹਨੂੰ ਵੀ ਤੇਗ ਬਖਸ਼ਦੀ ਹੈ ਜਾ ਕੇ ਤੇ ਸਵਾਲ ਕਰਨ ਵਾਲਿਆਂ ਨੇ ਉਦੋਂ ਵੀ ਸਵਾਲ ਕੀਤੇ ਕਿ ਗੁਰੂ ਨਾਨਕ ਦਾ ਪੰਥ ਤੇ ਤੁਸੀਂ ਆ ਕੀ ਕਰੀ ਜਾਂਦੇ ਹੋ ਤੁਹਾਨੂੰ ਤਾਂ ਬਸ ਇਹੀ ਹੈ ਕਿ ਤੁਸੀਂ ਮਾਲਾ ਫੜਨੀ ਹੈ ਜਪਣਾ ਹੈ ਜਪਾਉਣਾ ਹੈ ਤੁਸੀਂ ਸ਼ਸਤਰ ਫੜਾਤੇ ਤੁਸੀਂ ਜਵਾਨੀਆਂ ਮੰਗਦੇ ਹੋ ਤੁਸੀਂ ਘੋੜੇ ਮੰਗਦੇ ਹੋ ਤੁਸੀਂ ਵਧੀਆ ਸ਼ਸਤਰ ਦੀ ਭੇਟਾਂ ਨੂੰ ਪ੍ਰਵਾਨ ਕਰਦੇ ਹੋ ਮੰਗਦੇ ਨਹੀਂ ਭਾਵ ਕਿ ਗੁਰੂ ਨੂੰ ਚੰਗਾ ਲੱਗਦਾ ਆਓ ਲੈ ਕੇ ਮੋਹਰੇ ਆਓ ਇਹ ਛੋਟੀ ਜੀ ਸਰੀਰਕ ਤੌਰ ਤੇ ਅਵਸਥਾ ਹੈ ਪਰ ਮਹਾਰਾਜ ਦਾ ਜੁੱਸਾ ਏਡਾ ਤਗੜਾ ਕਹਿੰਦੇ ਗੁਰੂ ਸਾਹਿਬ ਨੇ ਕੱਦ ਕੱਢਿਆ ਭਾਈ ਸਾਹਿਬ ਕਹਿੰਦੇ ਜਿਹੜੇ ਤਗੜੇ ਤਗੜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਜਿਹੜੇ ਐਨ ਚੰਗੇ ਚੰਗੇ ਉਹ ਉਹਨਾਂ ਦੇ ਸਿਰਫ ਕੱਛਾਂ ਤੱਕ ਆਉਂਦੇ ਹੁੰਦੇ ਮੋਢਿਆਂ ਤੱਕ ਮਸੀਂ ਆਉਂਦੇ ਸੀ ਜਿਹੜੇ ਕਹਿੰਦੇ ਕਹਾਉਂਦੇ ਐਡੇ ਮਹਾਰਾਜ ਸੱਚੇ ਪਾਤਸ਼ਾਹ ਸਰੀਰਕ ਤੌਰ ਤੇ ਵੀ ਇੰਨੇ ਬਲਵਾਨ ਘੋੜੇ ਜਾਣੇ ਘੋੜੇ ਬਦਲ ਬਦਲ ਕੇ ਲਿਜਾਣੇ ਪੈਣੇ ਘੋੜਾ ਥੱਕ ਮਤਲਬ ਛੇਤੀ ਨਹੀਂ ਸੀ ਉਹ ਜ਼ਿਆਦਾ ਸਹਾਰ ਨਹੀਂ ਸੀ ਸਕਦਾ ਉਸ ਖੈਰ ਮੈਂ ਉਸ ਗੱਲ ਤੇ ਆਵਾਂ ਜਦੋਂ ਸਵਾਲ ਕੀਤੇ ਲੋਕਾਂ ਨੇ ਬੜਿਆਂ ਨੇ ਕੀਤੇ ਹੈਗੇ ਪਿਆਰ ਵਾਲੇ ਸੀਗੇ ਪਰ ਉਹਨਾਂ ਨੂੰ ਇਸ ਚੀਜ਼ ਦਾ ਹੋਇਆ ਪਰ ਬੜਿਆਂ ਦੀ ਨਿਸ਼ਾ ਕਰਾਈ ਔਰ ਸੱਚੀ ਜਦੋਂ ਨਾਮ ਬੋਲਦਾ ਹੈ ਨਾ ਜਦੋਂ ਨਾਮ ਰਸੀਆ ਬੋਲਦਾ ਉਦੋਂ ਨਿਸ਼ਾ ਕਰਾ ਦਿੰਦਾ ਐਂਡ ਸੈਟਿਸਫੈਕਸ਼ਨ ਹੋ ਜਾਂਦੀ ਕੋਈ ਅੰਦਰ ਤੇ ਬਹਿਣ ਰਹਿਣ ਹੀ ਨਹੀਂ ਦਿੰਦਾ ਆ ਸੰਤਾਂ ਕੋਲ ਵੀ ਇੱਦਾਂ ਜਾਂਦੇ ਸੀ
ਸੰਤ ਜਰਨੈਲ ਸਿੰਘ ਕੋ ਗਏ ਸੀ ਬੜੇ ਬੜੇ ਗਏ ਤਗੜੇ ਤਗੜੇ ਗਏ ਤੁਸੀਂ ਆ ਗਈ ਉਹ ਬਹੁਤੇ ਤਾਂ ਉਹਦੇ ਹੀ ਹੋ ਕੇ ਬਹਿ ਗਏ ਇਹ ਗੱਲ ਹੀ ਤੇਰੀ ਸਹੀ ਆਪਾਂ ਇਹ ਤਾਂ ਐਵੇਂ ਭੁਲੇਖਾ ਹੀ ਵੱਡਾ ਰੱਖਿਆ ਹੋਇਆ ਤੇਰੀ ਗੱਲ ਬਿਲਕੁਲ ਸਹੀ ਹੈ ਹੱਕ ਦੀ ਗੱਲ ਕਰਨੀ ਕੋਈ ਮਾੜੀ ਗੱਲ ਥੋੜਾ ਹੈ ਕਿਸੇ ਜ਼ਾਲਮ ਦੀ ਤਲਵਾਰ ਨੂੰ ਜੇ ਰੋਕਣਾ ਹੈ ਤੇ ਮੋਹਰੇ ਢਾਲ ਦੀ ਜਗ੍ਹਾ ਜੇ ਤਲਵਾਰ ਵੀ ਤੇਗ ਵੀ ਆ ਗਈ ਤੇ ਫਿਰ ਕਿਹੜੀ ਗੱਲ ਹੈ ਇਹ ਢਾਲ ਬਣ ਕੇ ਆਈ ਹੈ ਤੇਗ ਢਾਲ ਬਣ ਕੇ ਆਈ ਹੈ ਔਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਔਰ ਇਤਿਹਾਸ ਅਸੀਂ ਰਾਤੀ ਵੀ ਪਿਸ਼ੋਰੀ ਮਹੱਲੇ ਕੀਰਤਨ ਕਰ ਰਹੇ ਸੀ ਉਦੋਂ ਵੀ ਇਹ ਗੱਲ ਕਹੀ ਕਿ ਆਪਣੇ ਆਪ ਨੂੰ ਇਤਿਹਾਸ ਰਿਵਾਈਜ਼ ਕਰਦਾ ਹੈ ਔਰ ਕਰਦਾ ਰਹੇਗਾ ਜਿੰਨੀ ਦੇਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈਗਾ ਮੱਥੇ ਟਿਕਦੇ ਆ ਇਹ ਇਤਿਹਾਸ ਵੀ ਇੱਦਾਂ ਰਿਵਾਈਜ਼ ਹੁੰਦਾ ਰਹਿਣਾ ਕਿਉਂਕਿ ਉਹੀ ਬਾਣੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਨੇ ਪੜ੍ਹੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਰਿਆਂ ਨੇ ਪੜ੍ਹੀ ਗੁਰਸਿੱਖਾਂ ਨੇ ਪੜ੍ਹੀ ਔਰ ਉਹਨਾਂ ਦੇ ਜੀਵਨ ਦੇ ਵਿੱਚ ਉਹ ਚੀਜ਼ਾਂ ਆਈਆਂ ਉਹ ਬੇਪਰਵਾਹੀਆਂ ਆਈਆਂ ਤਾਂ ਮਹਾਰਾਜ ਨੇ ਇਹੀ ਕਿਹਾ ਸੀ ਕਿ ਮੈਂ ਇਹ ਜਿਹੜੀ ਦੁਖੀ ਮਨ ਹੋਏ ਹੋਏ ਜਿਹੜੇ ਨਿਰਾਸੇ ਮਨ ਨੇ ਇਹਨਾਂ ਵਿੱਚ ਮੈਂ ਉਹ ਵੀਰ ਰਸ ਭਰਨਾ ਕਿ ਜਿਹੜਾ ਜ਼ਾਲਮ ਨੂੰ ਉਹਦੇ ਮਨ ਦੀ ਨਹੀਂ ਕਰਨ ਦੇਗਾ ਕਦੇ ਨਹੀਂ ਕਰਨ ਦੇਗਾ ਤਾਂ ਹਮੇਸ਼ਾ ਆਪ ਚੜ੍ਹਦੀ ਕਲਾ ਵਿੱਚ ਰਹੇ ਸੰਗਤ ਨੂੰ ਇੱਦਾਂ ਹੀ ਪ੍ਰੇਰਦੇ ਰਹੇ ਨਹੀਂ ਤਾਂ ਪਿਤਾ ਦਾ ਚਲੇ ਜਾਣਾ ਕਿਵੇਂ ਹਾਲਾਤ ਹੋ ਜਾਂਦੇ ਪਰ ਨਹੀਂ ਇੱਧਰ ਟੀਚੇ ਬਣਾ ਲਏ ਟੀਚੇ ਮਿੱਥ ਲਏ ਸੇਮ ਉਹੀ ਇਤਿਹਾਸ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਦਾਦੇ ਨੂੰ ਹੀ ਦੇਖਿਆ ਸੀ ਜਦੋਂ ਆਪਣੀ ਪਿਤਾ ਦੀ ਸ਼ਹੀਦੀ ਦੇਖੀ ਗੁਰੂ ਤੇਗ ਬਹਾਦਰ ਦੀ ਤਾਂ ਸੇਮ ਉਹੀ ਚੀਜ਼ਾਂ ਇੱਧਰ ਫਿਰ ਖਾਲਸੇ ਵਿੱਚ ਉਹ ਲੈ ਕੇ ਆਉਂਦੀਆਂ ਇੱਕ ਸ਼ਬਦ ਪੜ੍ਹਦੇ ਹਾਂ ਹਰ ਖੋ ਸੋ ਕੋ ਬਾਹਰਾ
ਖਾਲੀਆਂ ਨੂੰ ਭਰ ਦਿੰਦਾ ਹੈ ਤੇ ਜੇ ਕੋਈ ਹੰਕਾਰੀ ਹੋ ਜਾਵੇ ਦਿਮਾਗ ਖਰਾਬ ਹੋ ਜਾਵੇ ਉਹਨੂੰ ਠੀਕ ਕਰਨਾ ਵੀ ਜਾਣਦਾ ਹੈ ਸਮਰੱਥ ਹੈ ਹਰ ਖੋਂ ਸੋ ਸਾਨੂੰ ਦਰਸ਼ਨ ਕਰਾਉਂਦੇ ਗੁਰੂ ਹਰਗੋਬਿੰਦ ਸਾਹਿਬ ਦੇ ਤੇ ਇੱਕ ਗੱਲ ਸੱਚੀ ਗੱਲ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨੇ ਤੇ ਨਾਮ ਰਸੀਆਂ ਦੇ ਦਰਸ਼ਨ ਕਰ ਲਿਓ ਆ ਜਿੰਨੇ ਸ਼ਹੀਦ ਆ ਜਿੰਨਿਆਂ ਦੇ ਆਪਾਂ ਦਿਹਾੜੇ ਮਨਾ ਰਹੇ ਹਾਂ 5 ਜੂਨ 6 ਜੂਨ ਜਿੰਨਿਆਂ ਨੇ ਸ਼ਹੀਦੀ ਦਿੱਤੀ ਸਨਮੁਖ ਹੋ ਗਏ ਉਹਨਾਂ ਦੇ ਜੀਵਨ ਪੜਿਓ ਕਿਤੇ ਇੱਕ ਇੱਕ ਗੁਰਸਿੱਖ ਦਾ ਜੀਵਨ ਇਹੋ ਜਿਹਾ ਹੀ ਹੈ ਕਿਹੜਾ ਓਏ ਹਰ ਖੂਨ ਛੋ ਹਮੇਸ਼ਾ ਉੱਚਾ ਹੁੰਦਾ ਸਾਰੀਆਂ ਗੱਲਾਂ ਤੋਂ ਉੱਚਾ ਹੁੰਦਾ ਆ ਨਿਸ਼ਾਨ ਤਾਂ ਹੀ ਇਸ ਕਰਕੇ ਬਹੁਤ ਉੱਚੇ ਉੱਚੇ ਚਲਾਏ ਜਾਂਦੇ ਆ ਗੁਰਦੁਆਰੇ ਦੀ ਬਿਲਡਿੰਗ ਤੋਂ ਉੱਪਰ ਜਾ ਕੇ ਹੋਰ ਉੱਚਾ ਜਾ ਕੇ ਝੁਲਦਾ ਇਹ ਸੱਚ ਦਾ ਨਿਸ਼ਾਨ ਹੈ ਤੇ ਗੁਰਸਿੱਖ ਦੀ ਕਰਨੀ ਉਹ ਏਦਾਂ ਉੱਚੇ ਤੋਂ ਉੱਚੀ ਹੁੰਦੀ ਹੈ ਉਹਦੀ ਕਰਨੀ ਆਮ ਨਹੀਂ ਹੁੰਦੀ ਉਹਦੀ ਕਰਨੀ ਉੱਚਿਆਂ ਤੋਂ ਵੀ ਉੱਚੀ ਹੁੰਦੀ ਹੈ ਉਹ ਉੱਚਿਆਂ ਤੋਂ ਉੱਚੇ ਕੀ ਨੇ ਰਸ ਕਸ ਰੂਪ ਨਾਰੇਖ ਵਿੱਚ Thank you.
ਪਕੜਦਾ ਹੈ ਉਹ ਸੱਚੇ ਨਾਮ ਦੀ ਬਸ ਬਾਕੀ ਉਹਦੀ ਰਜ਼ਾ ਜਿੱਧਰ ਨੂੰ ਲੈ ਜਾਵੇ ਆਏ ਹਾਏ ਰਾਤ ਰੰਗ ਨੱਲੇ ਬਾਬੇ ਨੂੰ ਧਿਆਨ ਹੈ ਬਸ ਉਹ ਅੰਦਰ ਦਾ ਰੱਖਦਾ ਹੈ ਅੰਦਰ ਦਾ ਰੱਖਦਾ ਹੋਇਆ ਇੱਥੋਂ ਐਨ ਸਾਵਧਾਨ ਤੇ ਜਿਹੜਾ ਅੰਦਰ ਦਾ ਰੱਖਦਾ ਉਹ ਬਾਹਰ ਪ੍ਰਤੀ ਵੀ ਜ਼ਿੰਮੇਵਾਰ ਹੋ ਜਾਂਦਾ ਉਹਨੂੰ ਡਾਂਗ ਚੱਕਣੀ ਪੈਂਦੀ ਫਿਰ ਉਹਨੂੰ ਦੇਗ ਵੀ ਚੱਕਣੀ ਪੈਂਦੀ ਉਹਨੂੰ ਕੜਾਹੀਆਂ ਬਾਟੀਆਂ ਵੀ ਬਾਟੇ ਵੀ ਚੱਕਣੇ ਪੈਂਦੇ ਉਹਨੇ ਭੁੱਖਿਆਂ ਦੀਆਂ ਭੁੱਖਾਂ ਦੂਰ ਕਰਨੀਆਂ ਤੇ ਦੁੱਖਾਂ ਦੇ ਦੁੱਖ ਦੂਰ ਕਰਨੇ ਗੁਰੂ ਵਾਹਿਗੁਰੂ ਵਾਹਿਗੁਰੂ ਇਹ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਮਨਾ ਰਹੇ ਹਾਂ ਮਾਫੀ ਦੇਣੀ ਇਹਨੂੰ ਇਕੱਲਾ ਮਿੱਸੇ ਪ੍ਰਸ਼ਾਦਿਆਂ ਤੱਕ ਨਾ ਰਹਿਣ ਦਿਓ ਇਕੱਲਾ ਛਬੀਲਾਂ ਤੱਕ ਨਾ ਰਹਿਣ ਦਿਓ ਇਹਨੂੰ ਦੇਗਾਂ ਤੇਗਾਂ ਤੱਕ ਲੈ ਕੇ ਆਪਣੇ ਪ੍ਰਕਾਸ਼ ਪੁਰਬ 'ਤੇ ਟੀਚੇ ਮਿੱਥ ਕੇ ਜਾਓ ਟੀਚੇ ਮਿੱਥ ਕੇ ਜਾਓ ਕਿ ਪ੍ਰਕਾਸ਼ ਪੁਰਬ ਵਿੱਚ ਸਾਨੂੰ ਕੋਈ ਡਿਊਟੀ ਮਿਲੇ ਕੋਈ ਡਿਊਟੀ ਸਾਂਭੀਏ ਜ਼ਿੰਮੇਵਾਰੀ ਲਈਏ ਆਪਣੀ ਲਈਏ ਪਹਿਲਾਂ ਤਾਂ ਆਪਣੀ ਲਈਏ ਕਿ ਨਿਤਨੇਮੀ ਹੋਈਏ ਅਸੀਂ ਅੰਮ੍ਰਿਤਧਾਰੀ ਹੋਈਏ ਸੇਵਾ ਵਾਲੇ ਹੋਈਏ ਇੰਨੀ ਜ਼ਿੰਮੇਵਾਰੀ ਲੈ ਲਈਏ ਬਸ ਆਪਣੀ ਜ਼ਿੰਮੇਵਾਰੀ ਚੱਕੀਏ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਚੱਕੋ ਨਾ ਸਾਰੇ ਚੱਕੋ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਕਿ ਆਪਣੇ ਅੰਦਰ ਰੋਜ਼ ਝਾੜੂ ਮਾਰਿਆ ਕਰਾਂਗੇ ਰੋਜ਼ ਰੋਜ਼ ਸਫਾਈ ਰੱਖਾਂਗੇ ਅੰਦਰ ਦੀ ਗੁਰੂ 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 ਇਹ ਕਿਰਪਾ ਹੈ ਮਹਾਰਾਜ ਦੀ ਜੇ ਕਿਸੇ ਨੇ ਅੰਦਰੇ ਧਾਰ ਲਿਆ ਨਾ ਤਾਂ ਇਹਦਾ ਮਤਲਬ ਉੱਥੇ ਮਹਾਰਾਜ ਦੀ ਨਜ਼ਰ ਹੈ ਜਿਹਨੇ ਸੋਚ ਲਿਆ ਕਿ ਸੇਵਾ ਵਾਸਤੇ ਦੇਹ ਮਿਲੀ ਹੈ ਸਿਮਰਨ ਵਾਸਤੇ ਅਜੇਬਾ ਲਾਈ ਹੈ ਮਹਾਰਾਜ ਨੇ ਬਾਣੀ ਸੁਣਨ ਵਾਸਤੇ ਕੰਨ ਲਾਏ ਆ ਹੱਥ ਪੈਰ ਸੇਵਾ ਵਾਸਤੇ ਲਾਏ ਆ ਤੇ ਫਿਰ ਪ੍ਰਕਾਸ਼ ਪੁਰਬ ਹੋ ਗਿਆ ਸਫਲ ਤੇ ਬਰਕਤ ਆਹ ਹੀ ਪੈਣੀ ਅੱਗੇ ਜਾ ਕੇ ਸ਼ੁਰੂਆਤ ਇੱਦਾਂ ਹੋਣੀ ਹੈ ਰੰਗ ਇੱਦਾਂ ਹੀ ਲੱਗਦਾ ਤੇ ਲੱਗਦਾ ਲੱਗਦਾ ਕਿੱਥੇ ਪਹੁੰਚ ਜਾਣਾ ਹਰ ਖੋ ਸੋ ਕੋ ਬਾਹਰ ਹਰ ਖੋ ਸੋ Thank you.
Thank you.
خوشی ویچ آئے آئے نہ ہارک نہ سوگ نہ خوشی ویچ بڑا ایتا کوئی اے سانو گرسکھی ویچو مل دینا ہو جائے درشن ہونے کوئی کہہ دیو تا مورت کو پل ستگر مورت کی نے اے گرو کے سکھ نے آوے صاحب چیت تیریا آوے صاحب چیت Thank you.
پرمیشر باجو او سیوا ذمہ واری باجو سیوک کادا رہ جاندا ہے کملا ہی جاندا ہے Thank you.
ਕਿ ਕੱਲੇ ਮਾਲਾ ਫੇੜਨ ਵਾਲੇ ਵਿਲੜ ਨਹੀਂ ਕੱਲੇ ਦੂਜਿਆਂ ਦੇ ਉੱਤੇ ਨਿਰਭਰ ਨਹੀਂ ਉਹ ਕਿਰਤਾਂ ਵੀ ਆਪਣੀਆਂ ਕਰਨਗੇ ਆਪਣੀਆਂ ਕਿਰਤਾਂ ਕਰਨਗੇ ਓਏ ਹੋਏ ਕਰਤੇ ਦੀ ਟੇਕ ਰੱਖਣਗੇ ਕਿਰਤ ਕਰਨਗੇ ਕੀਰਤੀ ਕਰਨਗੇ ਤੇ ਵੰਡ ਛਕਣਗੇ ਇਹੀ ਹੈ ਨਾ ਇਦਾਂ ਹੁੰਦਾ ਨਹੀਂ ਸੀ ਪਹਿਲਾਂ ਉਹ ਬਿਲਕੁਲ ਹੀ ਵਿਚਾਰੇ ਖੈਰ ਮਾਫੀ ਦੇਣੀ ਤੇ ਮਹਾਰਾਜ ਨੇ ਕਿਹਾ ਸੀ ਜਿਹੜਾ ਕੰਮ ਜਵਾਨੀ ਨਾਲ ਹੁੰਦਾ ਹੈ ਉਹਨੇ ਉਹਦੇ ਵਾਸਤੇ ਵੱਡੇ ਮੁੱਲ ਨਹੀਂ ਦਰ ਦੇਣੇ ਪੈਣੇ ਆਪਣਾ ਕੰਮ ਆਪ ਕਰੋ ਬਸ ਹਾਂ ਇੱਕ ਚਸ਼ਮਾ ਜ਼ਰੂਰ ਤੁਹਾਡੇ ਲੱਗਾ ਹੋਣਾ ਚਾਹੀਦਾ ਉਸ ਚਸ਼ਮੇ ਵਿੱਚੋਂ ਤੁਹਾਨੂੰ ਕਲੀਅਰ ਦਿਸੇ ਅੰਨੇ ਨਾ ਹੋ ਕੇ ਲੜਿਓ ਅੰਨੇ ਹੋ ਕੇ ਨਾ ਕੰਮ ਕਰਿਓ ਤੇ ਇਹ ਗਿਆਨ ਜਿਹੜਾ ਹੈ ਸਿਮਰਨ ਜਿਹੜਾ ਹੈ ਸੇਵਾ ਜਿਹੜੀ ਹੈ ਸੁਜਾਖੇ ਕਰਦੀ ਹੈ ਗੁਰੂ ਗੁਰੂ ਕਰੋ ਥੋੜ੍ਹੀ ਦੇਰ ਗੁਰੂ 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 ਵਾਹਿਗੁਰੂ 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 ਗੁਰੂ ਵਾਹਿਗੁਰੂ 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 ਗੁਰੂ ਵਾਹਿਗੁਰੂ ਕਾਜੀ ਦੀ ਵੀ ਇਸੇ ਤਰ੍ਹਾਂ ਤਸੱਲੀ ਕਰਾਈ ਪੰਡਿਤ ਜੀ ਦੀ ਵੀ ਇਸੇ ਤਰ੍ਹਾਂ ਹੀ ਕਰਾਈ ਜਿੱਥੇ ਜਿੱਥੇ ਜਾਣਾ ਉਹਨਾਂ ਨੇ ਕਈ ਵਾਰੀ ਸ਼ੰਕੇ ਰੱਖ ਦੇਣੇ ਮੋਰੀ ਕਿ ਇੱਦਾਂ ਕਿੱਥੇ ਹੁੰਦੀ ਆ ਇੱਦਾਂ ਥੋੜ੍ਹਾ ਹੁੰਦੀ ਫਿਰ ਉਹਨਾਂ ਨੇ ਕਹਿਣਾ ਉਹਨਾਂ ਨੂੰ ਉੱਪਰ ਜਿਹੜੇ ਉਹਨਾਂ ਦੇ ਵੱਡੇ ਉਹਨਾਂ ਦੀਆਂ ਗੱਲਾਂ ਯਾਦ ਕਰਾਉਣੀਆਂ ਅਤੇ ਨਾਲ ਕਿਹਾ ਕਿ ਤੁਹਾਡੇ ਹੱਥਾਂ 'ਚ ਫੜਾਈਆਂ ਹੈ ਨਾ ਪਰ ਤੁਸੀਂ ਇੱਕ ਪਾਸੜ ਹੋ ਕੇ ਜ਼ੁਲਮ ਕਰਨ ਲੱਗ ਪਏ ਤੁਸੀਂ ਵੀ ਅੱਲਾ ਦਾ ਨਾਮ ਲੈਂਦੇ ਹੋ ਤੁਹਾਡੇ ਮੂੰਹ ਇਹ ਗੱਲਾਂ ਨਹੀਂ ਫੱਬਦੀਆਂ ਤੁਸੀਂ ਇਹ ਸਵਾਲ ਨਾ ਕਰੋ ਅਤੇ ਜੇ ਪੰਡਿਤ ਜੀ ਆਏ ਤਾਂ ਉਹਨਾਂ ਨੇ ਜਦੋਂ ਕਿਹਾ ਇਹ ਹਿੰਸਾ ਦਾ ਪਾਠ ਤੁਸੀਂ ਉਹ ਕਹਿੰਦੇ ਤੁਸੀਂ ਵੀ ਨਾ ਇਹ ਗੱਲਾਂ ਕਰੋ ਪੰਡਿਤ ਜੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਹਿੰਸਾ ਪੜ੍ਹਾਈ ਸੀ ਰਾਮਚੰਦਰ ਜੀ ਨੂੰ ਕਿਹਨੇ ਹਿੰਸਾ ਪੜ੍ਹਾਈ ਸੀ ਉਹਨੇ ਤੀਰ ਕਿਉਂ ਚੱਕੇ ਉਹਨੇ ਤਾਂ ਘਰ ਵਾਲੀ ਨੂੰ ਛਡਾਉਣਾ ਸੀ ਆਪਾਂ ਤਾਂ ਲੁਕਾਈ ਛਡਾਉਣੀ ਹੈ ਆਪਾਂ ਤਾਂ ਲੋਕ ਛਡਾਉਣੇ ਆ ਆਪਾਂ ਤਾਂ ਜ਼ੁਲਮ ਛਡਾਉਣਾ ਹੈ ਇਹ ਕਹਿ ਕੇ ਇੱਦਾਂ ਤਸੱਲੀਆਂ ਕਰਾਈਆਂ ਫਿਰ ਸਾਰਿਆਂ ਨੇ ਨਮਸਕਾਰ ਕੀਤੀ ਸਭ ਨੇ ਨਮਸਕਾਰ ਕੀਤੀ ਅਤੇ ਗਾਉਣ ਲੱਗ ਪਏ
ਸ਼ਸਤਰ ਨੂੰ ਵੀ ਮੋਹਰੇ ਰੱਖੋ ਦੋਨੇ ਚੀਜ਼ਾਂ ਨੂੰ ਮੋਹਰੇ ਰੱਖ ਕੇ ਕਵੋ ਦੋਨਾਂ ਨੇਤਰਾਂ ਨੂੰ ਉੱਥੇ ਐਨ ਟਕਾ ਕੇ ਕਵੋ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ
ਹੁਨੈਣੀ ਮੇਰੇ ਗੋਵਿੰਦਾ ਸਮਾਪਤੀ ਹੈ ਪਿਆਰਿਓ ਗੁਰਮੁਖ ਮਾਰਗ ਚੱਲਣਾ ਖੰਡੇ ਤਾਰ ਕਾਰ ਨਿਭਾਂਦਾ ਗੁਰਸਿੱਖ ਲੈ ਗੁਰਸਿੱਖ ਚੱਲਣਦਾ ਗੁਰ ਗੋਬਿੰਦ ਗੋਬਿੰਦ ਗੁਰੂ ਹਰ ਗੋਬਿੰਦ ਸਦਾ ਵਿਗਸੰਦਾ ਅਚਰਜ ਨੂੰ ਅਚਰਜ ਮਿਲੈ ਵਿਸਮਾਦੈ ਵਿਸਮਾਦ ਮਿਲੰਦਾ ਗੁਰਮੁਖ ਮਾਰਗ ਚੱਲਣਾ ਖੰਡੇ ਧਾਰ ਕਾਰ ਨਿਭਾਂਦਾ ਗੁਰਸਿੱਖ ਲੈ ਗੁਰਸਿੱਖ ਚੱਲਣਦਾ ਗੁਰਸਿੱਖ ਲੈ ਗੁਰਸਿੱਖ ਚੱਲਣਦਾ ਸੋ ਪਿਆਰਿਓ 14 ਤਰੀਕ ਤੋਂ ਲੈ ਕੇ 18 ਤਰੀਕ 14 ਜੂਨ 18 ਜੂਨ ਅੰਮ੍ਰਿਤ ਵੇਲੇ ਦਾ ਬੱਚਿਆਂ ਦਾ 5 ਸਾਲ ਤੋਂ ਲੈ ਕੇ 18 ਸਾਲ ਦੇ ਬੱਚੇ ਉਹਨਾਂ ਦਾ ਗੁਰਮਤਿ ਕੈਂਪ ਮਾਤਾ ਗੁਜਰੀ ਖਾਲਸਾ ਮਾਡਰਨ ਸਕੂਲ ਜੋ ਆਪ ਜੀ ਦਾ ਬਖਸ਼ਿਆ ਹੋਇਆ ਬਾਬੂ ਲਾਭ ਸਿੰਘ ਰਾਜਨਗਰ ਦੇ ਐਨ ਵਿਚਕਾਰ ਬਾਰਡਰ ਦੇ ਉੱਤੇ ਪੈਂਦਾ ਹੈ ਰਾਜਨਗਰ ਅਤੇ ਹੋਰ ਬਾਰਡਰ ਨਾ ਸਮਝ ਲਿਓ ਰਾਜਨਗਰ ਅਤੇ ਬਾਬੂ ਲਾਭ ਸਿੰਘ ਨਗਰ ਜਿਹੜੀ ਨਹਿਰ ਆ ਉਹ ਬਾਰਡਰ ਹੀ ਆ ਉਹਦੇ ਨਾਲ ਹੀ ਬਿਲਕੁਲ ਉੱਪਰ ਨਹਿਰ ਦੇ ਉੱਪਰ ਸੋ ਉੱਥੇ ਆਪ ਜੀ ਨੇ ਅੰਮ੍ਰਿਤ ਵੇਲੇ ਦਾ ਜੋ ਕੈਂਪ ਹੈ ਉਹਦੇ ਵਿੱਚ ਸ਼ਮੂਲੀਅਤ ਬੱਚਿਆਂ ਨੇ ਕਰਾਉਣੀ ਹੈ 4:30 ਵਜੇ ਰਾਈਟ ਠੀਕ ਆਰੰਭ ਹੋ ਜਾਇਆ ਕਰੇਗਾ ਅਤੇ 9:30 ਵਜੇ ਸਮਾਪਤੀ ਗੁਰਬਾਣੀ ਕੀਰਤਨ ਸਿਮਰਨ ਸ਼ੁਰੂ ਕਰਕੇ ਨਿਤਨੇਮ ਫਿਰ ਵਿਚਾਰਾਂ ਫਿਰ ਬੱਚਿਆਂ ਲਈ ਵੱਖ ਵੱਖ ਖੇਲਾਂ ਬੱਚਿਆਂ ਦੇ ਅਕੋਰਡਿੰਗ ਉਹਨਾਂ ਦੀ ਏਜ ਦੇ ਮੁਤਾਬਕ ਗੁਰਬਾਣੀ ਸੰਥਿਆ ਗੁਰਬਾਣੀ ਦਾ ਪਾਠ ਉਚਾਰਨ ਔਰ ਨਾਲ ਲਿਖਾਈ ਜਿਹੜੀਆਂ ਚੀਜ਼ਾਂ ਅਸੀਂ ਵਿਸਰਦੇ ਜਾ ਰਹੇ ਹਾਂ ਤਬਲਾ ਸੰਗੀਤ ਸਾਰਾ ਅਤੇ ਵਿੱਚ ਹੋ ਸਕਿਆ ਤਾਂ ਘੋੜ ਸਵਾਰੀ ਵੀ ਹੋਊਗੀ ਅਤੇ ਹੋਊਗੀ ਹੋਊਗੀ ਬਾਬੇ ਨੇ ਕਹਿਤਾ ਸੋ ਉਹ ਵੀ ਸਾਰੇ ਪਹੁੰਚਣਗੇ ਅਤੇ ਸੋ ਆਪ ਜੀ ਨੇ ਇਹਨਾਂ ਬਚਨਾਂ ਦਾ ਧਿਆਨ ਰੱਖਣਾ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਸੋ ਸਾਰਿਆਂ ਨੂੰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਗੁਰੂ ਸਾਹਿਬ ਕਿਰਪਾ ਕਰਨ ਹਾਂਜੀ ਪੁੱਛ ਲਿਓ ਸਰਦੀ ਸਾਹਿਬ ਨੂੰ ਖੰਡੇ ਖੜਕਦੇ ਨਗਾਰੇ ਪਏ ਵੱਜਦੇ ਕੇ ਫੌਜਾਂ ਦੀ ਭੱਜ ਵੜੇ